ਕਹਿੰਦੇ ਬਸ ਜਨਾਨੀਆਂ ਹੀ ਭਜਦੀਆਂ ਨੇ ਉਹ ਸਵੇਰੇ ਸਵੇਰੇ ਪੰਜ ਸੱਤ ਆ ਜਾਂਦੇ ਮੇਰੀ ਕੁੜੀ ਦੌੜ ਗਈ ਜੀ ਕਬਰਸਤਾਨ ਵੇਖੋ ਮੈਂ ਇੱਕ ਤਿਆਰ ਕਰ ਰਿਹਾ ਤੁਸੀਂ ਉਹਦੀ ਫੇਰ ਲਾਇਓ ਬਹੁਤ ਕ੍ਰਿਸ਼ਨ ਆ ਉਹਨਾਂ ਦੇ ਮੈਂ ਸਭ ਉਹਨਾਂ ਵਿਚਾਰੇ ਜੱਟ ਥਾਵਾਂ ਮੱਲੀ ਜਾਂਦੇ ਆ ਪਿੰਡ ਚ 300 ਕ੍ਰਿਸ਼ਨ ਆ ਜ਼ਮੀਨ ਉਹਨਾਂ ਕੋਲ ਇੱਕ ਕਨਾਲ ਆ ਮੈਂ ਸਭ ਇਨਕਰੋਚਮੈਂਟ ਖਤਮ ਕਰਕੇ ਉਹਨਾਂ ਦਾ ਜਿੰਨਾ ਕਿਲਾ ਕਿਲਾ ਡੇਢ ਜੱਟਾਂ ਦੀ ਬੋਟਾਂ ਨੂੰ ਕੀ ਕਰਦੇ ਉਹ ਵੇਖੋ ਨਾ ਇੱਕ ਗੱਲ ਤੇ ਉਹਨਾਂ ਦੀ ਹੈਗੀ ਕਹਿੰਦੇ ਜੀ ਸਾਡੇ ਚ ਉਹਨਾਂ ਨੇ ਪਤਾ ਕਿਹਾ ਕਹਿੰਦੇ ਜੇ ਤੁਸੀਂ ਕਹਿੰਦੇ ਹੋ ਕਹਿੰਦੇ ਸਾਡੇ ਕਬਰ ਦੇ ਉੱਪਰ ਕਬਰ ਨੀ ਬਣ ਕਹਿੰਦੇ ਜੇ ਪੰਜ ਪੰਜ ਕਬਰਾਂ ਉੱਪਰ ਇੱਕ ਦੂਜੇ ਤੇ ਬਣਾ ਦਿੱਤੀਆਂ ਇਹਨਾਂ ਦੀਆਂ ਬਸ ਜਨਾਨੀਆਂ ਹੀ ਭਜਦੀਆਂ ਨੇ ਉਹ ਪਤਾ ਨੀ ਕਿਉਂ ਹੋਰ ਨੇ ਕੋਈ ਕ੍ਰਾਈਮ ਨਹੀਂ ਇਹਨਾਂ ਦਾ ਹੈਗਾ ਉਹ ਸਵੇਰੇ ਸਵੇਰੇ ਪੰਜ ਸੱਤ ਆ ਜਾਂਦੇ ਮੇਰੀ ਕੁੜੀ ਦੌੜ ਗਈ ਜੀ ਮੈਂ ਦੋ ਦਿਨ ਤੋਂ ਬੜੀ ਅਨਫਾਰਚੁਨੇਟ ਬੜੇ ਅਫਸੋਸ ਨਾਲ ਮੈਨੂੰ ਕਹਿਣਾ ਪੈ ਰਿਹਾ ਕਿ ਇੱਕ ਵੀਡੀਓ ਵਾਇਰਲ ਕਰ ਰਹੇ ਆ ਕ੍ਰਿਸ਼ਨ ਭਾਈਚਾਰੇ ਬਾਰੇ ਔਰ ਦੁਨੀਆਂ ਨੂੰ ਪਤਾ ਕਿ ਵੱਡੇ ਰੰਧਾਵਾ ਸਾਹਿਬ ਤੋਂ ਲੈ ਕੇ ਹੁਣ ਤੱਕ ਮੇਰਾ ਇਸ ਭਾਈਚਾਰੇ ਦੇ ਨਾਲ ਕੀ ਸੰਬੰਧ ਨੇ ਰੋਸ਼ਨ ਜੋਸਫ ਸੁਖਜਿੰਦਰ ਸਿੰਘ ਰੰਧਾਵਾ ਨੇ ਜ਼ਿਲ੍ਹਾ ਦਾ ਪ੍ਰਧਾਨ ਬਣਾਇਆ ਸੀ ਅੱਜ ਵੀ ਉਹਨੂੰ ਜਾ ਕੇ ਪੁੱਛ ਲਓ ਡੈਨੀਅਲ ਖੁਸ਼ੀਪੁਰ ਤੋਂ ਉਹਨੂੰ ਪੁੱਛੋ ਇਹ ਸਾਰੇ ਲੋਕ ਜਿਹੜੇ ਮੇਰੇ ਆਪਣੇ ਪਰਿਵਾਰਕ ਮੈਂਬਰ ਔਰ ਜਿਹੜੀ ਗੱਲ ਇਹ ਕਾਨੂੰਨੀ ਹਰਕਤ ਕੀਤੀ ਆ ਆਹ ਮੈਂ ਐੱਫ ਆਈ ਆਰ ਕਰਵਾਈ ਆ 52 ਨੰਬਰ ਐੱਫ ਆਈ ਆਰ ਆ ਔਰ 25/5/24 ਨੂੰ ਇਹਨੂੰ ਮੈਂ ਕਰਵਾ ਤਾ ਅਤੇ ਜਿਹੜੀਆਂ ਦਫ਼ਾ ਲੱਗੀਆਂ 469 ਅਤੇ 500 ਜਿਹੜੀ ਦਫ਼ਾ ਸੈਕਸ਼ਨ ਲੱਗੇ ਨੇ ਇਹਦੇ ਵਿੱਚ ਕਿ ਫੋਰਜਰੀ ਜਿਹੜੀ ਕੀਤੀ ਆ ਮੈਨੂੰ ਬੜੀ ਹੈਰਾਨਗੀ ਕਿ ਮੈਂ ਇਹ ਮੇਰਾ ਆਪਣਾ ਇੱਕ ਪਰਿਵਾਰਕ ਮੈਂਬਰ ਨੇ ਅੱਜ ਵੀ ਉਹਨਾਂ ਦਾ ਪਰਿਵਾਰ ਮੇਰੇ ਨਾਲ ਖੜ੍ਹਾ ਇਹ ਜਿਹੜੀਆਂ ਚੀਜ਼ਾਂ ਕਾਨੂੰਨੀ ਹਰਕਤਾਂ ਕਰਨੀਆਂ ਹਿੰਦੁਸਤਾਨ ਦੇ ਵਿੱਚ ਆਪਣੀ ਇਹ ਦੋਵੇਂ ਪਾਰਟੀ ਨੂੰ ਹਾਰ ਜਿਹੜੀ ਹੈ ਦਿਸ ਰਹੀ ਆ ਔਰ ਵਨ ਸਾਈਡਡ ਗੁਰਦਾਸਪੁਰ 'ਚ ਇਲੈਕਸ਼ਨ ਚੱਲ ਰਹੀ ਆ ਇਸ ਐੱਫ ਆਈ ਆਰ ਦੇ ਵਿੱਚ ਜਿਹੜੀਆਂ ਨੇ ਕਿ ਫੋਰਜਰੀ ਜਿਹਨਾਂ ਕੀਤੀ ਆ ਜਿਹਨਾਂ ਤੁਖਤੜੀ ਕੀਤੀ ਆ ਮੇਰੀ ਆਵਾਜ਼ ਐਡਿਟ ਕੀਤੀ ਆ ਸਰਦਾਰ ਬਲਕੌਰ ਸਿੰਘ ਸਿੱਧੂ ਮੂਸੇਵਾਲੇ ਦੇ ਫਾਦਰ ਆਏ ਅਤੇ ਉਹਨਾਂ ਨੂੰ ਮੈਂ ਬਾਅਦ 'ਚ ਪੁੱਛਿਆ ਕਿ ਕੀ ਚੀਜ਼ ਆ ਜਿਹੜੀ ਤੁਸੀਂ ਸਟੇਜ 'ਤੇ ਬੋਲ ਗਏ ਕਹਿੰਦੇ ਜੀ ਏ ਆਈ ਟੈਕਨੋਲੋਜੀ ਆ ਤੁਹਾਡੀ ਆਵਾਜ਼ ਕਿਤੇ ਵੀ ਕਿਸੇ ਚੀਜ਼ 'ਚ ਫਿੱਟ ਕਰਕੇ ਉਹ ਚੀਜ਼ ਨੂੰ ਕਰ ਦਿੰਦੇ ਨੇ ਇਹ ਮੈਂ ਹੁਣ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਅਤੇ ਆਪਣੇ ਜਿਹੜਾ ਮੇਰੇ ਭਾਈਚਾਰਕ ਸਾਂਝ ਆ ਜਿਹੜੀ ਉਹਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਇਹ ਮੈਂ ਲੋਕਾਂ ਦੇ ਨਾਪਾਕ ਇਰਾਦੇ ਕਦੀ ਵੀ ਕਾਮਯਾਬ ਨਹੀਂ ਹੋਣ ਦੇਵਾਂਗਾ ਸਾਡੇ ਪੰਜਾਬ 'ਚ ਵੇਖੋ ਮੇਰੇ ਇਲਾਕੇ 'ਚ ਖਾਸ ਕਰਕੇ ਦੇਖੋ ਕਿ ਇਹ ਜਿਹੜੀ ਕ੍ਰਿਸ਼ਚਨ ਹਿੰਦੂ ਅਤੇ ਸਿੱਖ ਇਹਨਾਂ ਦੀ ਇੰਨੀ ਭਾਈਚਾਰਕ ਸਾਂਝ ਆ ਜਿਹੜੀ ਕਦੀ ਵੀ ਨਹੀਂ ਟੁੱਟ ਸਕਦੀ ਔਰ ਇੱਕ ਆਡੀਓ ਵਾਇਰਲ ਹੋ ਰਹੀ ਆ ਜਿਸ ਵਿੱਚ ਉਹਨੇ ਮਸੀਹ ਭਾਈਚਾਰੇ ਦੀਆਂ ਧੀਆਂ ਭੈਣਾਂ ਦੇ ਬਾਰੇ ਚ ਇੰਨਾ ਗੰਦ ਕਿਹਾ ਕਿ ਜਿਹੜਾ ਸਟੇਜ ਦੇ ਉੱਤੋਂ ਦੁਹਰਾਇਆ ਨਹੀਂ ਜਾ ਸਕਦਾ ਮੈਂ ਸਮਝਦਾ ਕਿ ਉਹਦੀ ਸੱਤਾ ਦਾ ਹੰਕਾਰ ਹੈ ਕਿ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਰਹਿ ਕੇ ਵੀ ਅਗਰ ਉਹਨੂੰ ਇਹ ਨਹੀਂ ਪਤਾ ਕਿ ਧੀਆਂ ਭੈਣਾਂ ਦੀ ਇੱਜ਼ਤ ਕਿਸ ਤਰ੍ਹਾਂ ਕਰੀਦੀ ਹੈ ਤੇ ਇਸ ਤਰ੍ਹਾਂ ਦੇ ਬੰਦੇ ਨੂੰ ਪਾਰਲੀਮੈਂਟ ਵਿੱਚ ਜਾਣ ਦਾ ਕੋਈ ਹੱਕ ਨਹੀਂ ਮੈਂ ਤਾਂ ਸਮਝਦਾ ਉਹਨੂੰ ਅਸੈਂਬਲੀ ਵਿੱਚ ਜਾਣ ਦਾ ਵੀ ਕੋਈ ਹੱਕ ਨਹੀਂ ਸੀ ਪਰ ਕਿਸੇ ਤਰੀਕੇ ਚਲਾ ਗਿਆ ਇਸ ਕਰਕੇ ਜੋ ਕੁਛ ਉਹਨੇ ਮਸੀਹ ਭਾਈਚਾਰੇ ਦੀਆਂ ਬੇਟੀਆਂ ਬਾਰੇ ਬੀਬੀਆਂ ਬਾਰੇ ਕਿਹਾ ਇਹ ਹੁਣ ਆਪਣੇ ਸਾਰਿਆਂ ਦੀ ਜ਼ਿੰਮੇਵਾਰੀ ਆ ਕਿਉਂਕਿ ਧੀਆਂ ਭੈਣਾਂ ਸਾਰਿਆਂ ਦੀਆਂ ਸਾਂਝੀਆਂ ਮਸੀਹ ਭਾਈਚਾਰਾ ਵੱਡੀ ਗਿਣਤੀ ਦੇ ਵਿੱਚ ਇੱਥੇ ਹਾਜ਼ਰ ਆ ਇਹ ਸੱਜਣ ਨੂੰ 1 ਤਰੀਕ ਨੂੰ ਇਸ ਤਰ੍ਹਾਂ ਵੋਟਾਂ ਪਾ ਕੇ ਇਹਦੇ ਖਿਲਾਫ ਸਜ਼ਾ ਦੇਣੀ ਹੈ
ਕਿ ਆਉਣ ਵਾਲੀ ਜ਼ਿੰਦਗੀ ਤੱਕ ਇਹਦੀ ਜ਼ਬਾਨ ਜਿਹੜੀ ਬੋਲਣ ਦਾ ਤਰੀਕਾ ਘੱਟੋ ਘੱਟ ਉਹ ਸੁਧਰ ਜਾਵੇ।